ਜਿਹੜਾ ਬੰਦਾ ਅੱਧਾ ਘੰਟਾ ਪਹਿਲਾਂ ਤਾਂ ਹੀ ਕਾਂਗਰਸ ਲਈ ਔਰ ਸਾਰੇ ਵਰਕਰ ਉਹਦੇ ਲਈ ਕੰਪੇਨ ਕਰਦੇ ਹੋਣ, ਜਦੋਂ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਇੱਕ ਵਾਰੀ ਸ਼ੌਕਿੰਗ ਤਾਂ ਜ਼ਰੂਰ ਹੈ, ਵਰਕਰਾਂ ਨੂੰ ਵੀ ਲੱਗਦਾ ਹੈ, ਸਾਨੂੰ ਵੀ ਲੱਗਦਾ ਹੈ, ਸਾਰੇ ਐਂ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ, ਠੱਗੇ ਠੱਗੇ ਜੇ ਮਹਿਸੂਸ ਕਰਦੇ ਆ। ਪਰ ਘੰਟੇ ਤੋਂ ਘੰਟੇ ਬਾਅਦ ਜਦੋਂ ਸੋਚੀਦਾ ਵੀ ਚਲੋ ਇਹਨੇ ਆਪਣਾ ਕਿਰਦਾਰ ਨਿਭਾ ਲਿਆ, ਹੁਣ ਸਾਨੂੰ ਆਪਣਾ ਕਿਰਦਾਰ ਨਿਭਾਉਣ ਦੀ ਵਾਰੀ ਹੈ, ਅਤੇ ਉਹ ਸਾਰੇ ਵਰਕਰ ਪੱਬਾਂ ਭਾਰ ਵੀ ਨੇ। ਅੱਜ ਸਵੇਰ ਤਾਂ ਮੈਂ ਮਿਲ ਰਿਹਾ ਉਹਨਾਂ ਨੂੰ, ਉਹ ਇਸ ਗੱਲ ਦਾ ਕਹਿ ਰਿਹਾ ਵੀ ਇੱਕ ਵਾਰ ਸਬਕ ਜ਼ਰੂਰ ਦੇਣਾ ਜੀ, ਤੁਸੀਂ ਡਿਸੀਜਨ ਲਓ ਔਰ ਜਲਦੀ ਕੈਂਡੀਡੇਟ ਦਿਓ ਤਾਂ ਕਿ ਅਸੀਂ ਦੱਸ ਸਕੀਏ ਕਾਂਗਰਸ ਇੱਥੇ ਕਿੰਨੀ ਕੁ ਮਜ਼ਬੂਤ ਹੈ। ਪੋਲੀਟੀਕਲ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਤੁਹਾਡੇ ਪਰਸਨਲੀ ਵੀ ਕਾਫੀ ਮਿੱਤਰਤਾ ਸੀ, ਕਾਫੀ ਨੇੜੇ ਸੀ, ਮਿੱਤਰਤਾ ਰਹੇਗੀ ਸਾਹਿਬ, ਮਿੱਤਰਤਾ ਰਹੇਗੀ, ਮਿੱਤਰ ਤਾਂ ਰਿਸ਼ਤੇ ਥੋੜ੍ਹੀ ਟੁੱਟ ਜਾਂਦੇ ਆ। ਇੱਕ ਪਰਿਵਾਰਾਂ 'ਚ ਦੋ ਪਿਓ ਪੁੱਤ ਭਾਈ ਭਾਈ ਦੀ ਆਈਡੀਓਲੋਜੀ ਅਲੱਗ ਅਲੱਗ ਹੋ ਸਕਦੀ ਹੈ, ਵਿਚਾਰਧਾਰਾ ਅਲੱਗ ਅਲੱਗ ਹੋ ਸਕਦੀ ਹੈ, ਪਰ ਰਿਸ਼ਤੇ ਥੋੜ੍ਹੀ ਖਤਮ ਹੋ ਜਾਂਦੇ ਆ। ਅਸੀਂ ਨਿਭਾਵਾਂਗੇ, ਉਹਨਾਂ ਨੇ ਨਿਭਾਉਣੇ ਜਾਂ ਨਹੀਂ ਨਿਭਾਉਣੇ ਉਹਨਾਂ ਨੂੰ। ਜੇਕਰ ਪਾਰਟੀ ਮੌਕਾ ਦਿੰਦੀ ਹੈ ਆਪਣੇ ਦੋਸਤ ਦੇ ਸਾਹਮਣੇ ਖੜਨਾ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਦੋਸਤ ਤਾਂ ਦੋਸਤ ਹੀ ਰਹੇਗਾ, ਹਾਂਜੀ ਖੜੋ, ਬਿਲਕੁਲ ਬਿਲਕੁਲ, ਪੂਰੀ ਆਈਡੀਓਲੋਜੀ ਦੀ ਲੜਾਈ ਹੈ, ਲੜਾਈ ਲੜਾਂਗੇ ਔਰ ਸਾਡਾ ਸਾਰਾ ਵਰਕਰ ਪੱਬਾ ਭਾਰ ਹੋ ਕੇ ਲੜੇਗਾ। ਟਿਕਟ ਕੱਟਣ ਦੀ ਵੀ ਕੋਈ ਗੱਲ ਚੱਲ ਰਹੀ? ਕੋਈ ਟਿਕਟ ਕੱਟਣ ਦੀ, ਇਕੱਲੇ ਦਾ ਨਾਮ ਗਿਆ, ਕੋਈ ਕਿਸੇ ਨੇ ਮੰਗੀ ਨਹੀਂ, ਇੱਕੋ ਇੱਕ ਕੈਂਡੀਡੇਟ ਲੁਧਿਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਨਹੀਂ ਮੰਗੀ, ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ, ਅਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦ ਭਾਗ ਹੈ। ਅਕਾਲੀ ਦਲ ਜਿਹੜੇ ਆ ਉਹ ਭਾਜਪਾ 'ਚ ਸ਼ਾਮਿਲ ਹੋ ਗਏ ਨੇ, ਸੋ ਸ਼ੋਕਿੰਗ ਸੀ ਲੁਧਿਆਣਾ ਕਾਂਗਰਸ ਲਈ ਵੀ ਹੈ? ਹਾਂ, ਜਿਹੜਾ ਬੰਦਾ ਅੱਧਾ ਘੰਟਾ ਪਹਿਲਾਂ ਤਾਂ ਹੀ ਕਾਂਗਰਸ ਲਈ ਔਰ ਸਾਰੇ ਵਰਕਰ ਉਹਦੇ ਲਈ ਕੰਪੇਨ ਕਰਦੇ ਹੋਣ, ਜਦੋਂ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਇੱਕ ਵਾਰੀ ਸ਼ੌਕਿੰਗ ਤਾਂ ਜ਼ਰੂਰ ਹੈ, ਸਾਰੇ ਵਰਕਰਾਂ ਨੂੰ ਵੀ ਲੱਗਦਾ ਹੈ, ਸਾਨੂੰ ਵੀ ਲੱਗਦਾ ਹੈ, ਸਾਰੇ ਐਂ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ, ਠੱਗੇ ਠੱਗੇ ਜੇ ਮਹਿਸੂਸ ਕਰਦੇ ਆ, ਉਹੋ ਜਿਹਾ ਕੱਲ੍ਹ ਮਹਿਸੂਸ ਕਰ ਰਹੇ ਸੀ। ਪਰ ਘੰਟੇ ਤੋਂ ਘੰਟੇ ਬਾਅਦ ਜਦੋਂ ਸੋਚੀਦਾ ਵੀ ਚਲੋ ਇਹਨੇ ਆਪਣਾ ਕਿਰਦਾਰ ਨਿਭਾ ਲਿਆ, ਹੁਣ ਸਾਨੂੰ ਆਪਣਾ ਕਿਰਦਾਰ ਨਿਭਾਉਣ ਦੀ ਵਾਰੀ ਹੈ, ਅਤੇ ਉਹ ਸਾਰੇ ਵਰਕਰ ਪੱਬਾਂ ਭਾਰ ਵੀ ਨੇ। ਅੱਜ ਸਵੇਰ ਤਾਂ ਮੈਂ ਮਿਲ ਰਿਹਾ ਉਹਨਾਂ ਨੂੰ, ਉਹ ਇਸ ਗੱਲ ਦਾ ਕਹਿ ਰਿਹਾ ਵੀ ਇੱਕ ਵਾਰ ਸਬਕ ਜ਼ਰੂਰ ਦੇਣਾ ਜੀ, ਤੁਸੀਂ ਡਿਸੀਜਨ ਲਓ ਔਰ ਜਲਦੀ ਕੈਂਡੀਡੇਟ ਦਿਓ ਤਾਂ ਕਿ ਅਸੀਂ ਦੱਸ ਸਕੀਏ ਕਾਂਗਰਸ ਇੱਥੇ ਕਿੰਨੀ ਕੁ ਮਜ਼ਬੂਤ ਹੈ ਕਿੰਨੀ ਨਹੀਂ। ਕੋਈ ਕੋਈ ਇੰਡੀਵਿਜੁਅਲ ਕਰਕੇ ਕਾਂਗਰਸ ਨਹੀਂ ਖੜੀ, ਕਾਂਗਰਸ ਕਰਕੇ ਇੰਡੀਵਿਜੁਅਲ ਖੜੇ ਹੈ। ਸਰ ਲੱਗਦਾ ਕਿ ਜਿਸ ਪਰਿਵਾਰ ਤੋਂ ਆਉਂਦੇ ਸੀ ਇਸ ਕਰਕੇ ਜ਼ਿਆਦਾ ਜਿਹੜਾ ਮਲਾਲ ਕਿਤੇ ਨਾ ਕਿਤੇ, ਕਿਉਂਕਿ ਕਾਂਗਰਸ ਦੀ, ਹਾਂ ਉਸ ਪਰਿਵਾਰ ਨੂੰ ਜ਼ਿਆਦਾ ਮਲਾਲ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਜੀ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀ, ਅਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਪੋਤਾ ਇਹੋ ਜਿਹਾ ਡਿਸੀਜਨ ਲੈ ਲੈਂਦਾ ਹੈ ਤਾਂ ਫਿਰ ਜਿਹੜਾ ਕਾਂਗਰਸ ਪਰਿਵਾਰ ਦੁਖੀ ਹੋਵੇਗਾ ਅਤੇ ਹੋਵੇਗਾ ਉਹਦੇ ਆਪਦੇ ਪਰਿਵਾਰ ਦਾ ਕੀ ਹਾਲ ਹੋਵੇਗਾ, ਤੁਸੀਂ ਅੰਦਾਜ਼ਾ ਲਗਾ ਕੇ ਦੇਖੋ। ਅੱਜ ਸਰਦਾਰ ਤੇਜ ਪ੍ਰਕਾਸ਼ ਜੀ ਨੂੰ ਪੁੱਛੋ ਜਾਂ ਗੁਰਕੀਰਤ ਉਹਨਾਂ ਨੂੰ ਪੁੱਛੋ ਜਿਹੜੇ ਕੱਲ੍ਹ ਸਾਡੇ ਨਾਲ ਮੀਟਿੰਗ 'ਚ ਹਾਜ਼ਰ ਸਨ ਜਦੋਂ ਇਹ ਉਹਨਾਂ ਨੇ ਜੁਆਇਨਿੰਗ ਕੀਤੀ BJP, ਅਤੇ ਉਹਨਾਂ ਦੇ ਆਪ ਦਾ ਕੀ ਹਾਲ ਹੋਏਗਾ? ਸਰ ਲੱਗਦਾ ਲੋਕਾਂ ਨਾਲ ਵੀ ਕਿਤੇ ਨਾ ਕਿਤੇ ਜਨਤਾ ਨਾਲ ਵੀ ਧੋਖਾ ਹੈ ਇੱਕ ਤਰ੍ਹਾਂ ਨਾਲ, ਕਿਉਂਕਿ 10 ਸਾਲ ਲਗਾਤਾਰ ਚੁੜਿਆ ਉਹਨਾਂ ਨੂੰ ਅਤੇ ਇੱਕਦਮ ਮੌਕੇ 'ਤੇ ਜਾ ਕੇ। ਇਹ ਜਿਹੜੀ ਅੱਜ ਚੱਲਦੀ ਪਈ ਹੈ ਨਾ ਰਾਜਨੀਤੀ 'ਚ, ਇੱਕ ਨਿਗਾਰ ਆ ਗਿਆ ਵੀ ਇੱਧਰੋਂ ਉੱਧਰ ਓਪਰਚੁਨਿਸਟ ਹੋ ਗਏ, ਮਤਲਬ ਸੰਘਰਸ਼ ਦੀ ਜਗ੍ਹਾ ਸਹੂਲੀਅਤ ਦੀ ਲੜਾਈ ਹੋ ਗਈ। ਅੱਜ ਜਦੋਂ ਪਾਰਟੀਆਂ ਸੰਘਰਸ਼ 'ਚ ਜਾਂਦੀਆਂ ਨੇ ਉਦੋਂ ਜਿਹੜੇ ਇਹੋ ਜਿਹੇ ਲੀਡਰ ਹੁੰਦੇ, ਕਮਜ਼ੋਰ ਲੀਡਰ, ਉਹਨਾਂ ਸਹੂਲੀਅਤ ਵਾਲਾ ਰਾਹ ਲੱਭਦੇ ਆ ਵੀ ਇੱਧਰ ਜਿਹੜਾ ਸਹੂਲੀਅਤ ਜ਼ਿਆਦਾ ਇੱਧਰ ਚਲੇ ਜਾਓ, ਇੱਥੇ ਰਿਸੋਰਸਿਸ ਵੀ ਹੈਗੇ ਆ ਅਤੇ ਪਾਵਰ ਵੀ ਹੈਗੀ ਆ ਅਤੇ ਫਿਰ ਇਲੈਕਸ਼ਨ ਵੀ ਲੜ ਲਾਂਗੇ। ਪਰ ਦੁਨੀਆ ਦੇਖਦੀ ਹੈ ਲੀਡਰ ਹਮੇਸ਼ਾ ਸੰਘਰਸ਼ 'ਚੋਂ ਨਿਕਲਦਾ। ਟਿਕਟ ਕੱਟਣ ਦੀ ਵੀ ਕੋਈ ਗੱਲ ਚੱਲ ਰਹੀ? ਕੋਈ ਟਿਕਟ ਕੱਟਣ ਦੀ, ਇਕੱਲੇ ਦਾ ਨਾਮ ਗਿਆ, ਕੋਈ ਕਿਸੇ ਨੇ ਮੰਗੀ ਨਹੀਂ, ਇੱਕੋ ਇੱਕ ਕੈਂਡੀਡੇਟ ਲੁਧਿਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਨਹੀਂ ਮੰਗੀ, ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ, ਅਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦ ਭਾਗ ਹੈ। ਪੋਲੀਟੀਕਲ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਤੁਹਾਡੇ ਪਰਸਨਲੀ ਵੀ ਕਾਫੀ ਮਿੱਤਰਤਾ ਸੀ, ਕਾਫੀ ਨੇੜੇ ਸੀ, ਮਿੱਤਰਤਾ ਰਹੇਗੀ ਸਾਹਿਬ, ਮਿੱਤਰਤਾ ਰਹੇਗੀ, ਮਿੱਤਰ ਤਾਂ ਰਿਸ਼ਤੇ ਥੋੜ੍ਹੀ ਟੁੱਟ ਜਾਂਦੇ ਆ। ਇੱਕ ਪਰਿਵਾਰਾਂ 'ਚ ਦੋ ਪਿਓ ਪੁੱਤ ਭਾਈ ਭਾਈ ਦੀ ਆਈਡੀਓਲੋਜੀ ਅਲੱਗ ਅਲੱਗ ਹੋ ਸਕਦੀ ਹੈ, ਵਿਚਾਰਧਾਰਾ ਅਲੱਗ ਅਲੱਗ ਹੋ ਸਕਦੀ ਹੈ, ਪਰ ਰਿਸ਼ਤੇ ਥੋੜ੍ਹੀ ਖਤਮ ਹੋ ਜਾਂਦੇ ਆ। ਅਸੀਂ ਨਿਭਾਵਾਂਗੇ,
ਉਹਨਾਂ ਨੇ ਨਿਭਾਉਣੇ ਜਾਂ ਨਹੀਂ ਨਿਭਾਉਣੇ ਉਹਨਾਂ ਨੂੰ ਲੱਗਦਾ ਆਖਰੀ ਸਵਾਲ ਹੈ, ਕਿਸੇ ਹੋਰ ਨੂੰ ਮੌਕਾ ਮਿਲੂਗਾ ਹੁਣ ਲੁਧਿਆਣੇ ਤੋਂ, ਖਾਸ ਕਰਕੇ ਕਾਂਗਰਸ, ਕਿਉਂਕਿ ਬਹੁਤ ਸਾਰੇ ਸੀਨੀਅਰ ਲੀਡਰ ਹੁੰਦੇ ਨੇ? ਹਾਂਜੀ ਹਾਂਜੀ ਬਿਲਕੁਲ, ਜੋ ਸਾਡੀ ਸਟੇਟ ਹਾਈ ਕਮਾਂਡ ਔਰ ਸੈਂਟਰਲ ਹਾਈ ਕਮਾਂਡ ਡਿਸਟ੍ਰਿਕਟ ਯੂਨਿਟ ਨਾਲ ਗੱਲ ਕਰਕੇ ਜਿਹੜਾ ਕੈਂਡੀਡੇਟ ਦੇਣਗੇ, ਅਸੀਂ ਉਹਦੇ ਲਈ ਪੂਰੇ ਜ਼ੋਰ ਸ਼ੋਰ ਨਾਲ ਕੰਪੇਨ ਕਰਾਂਗੇ। ਮੈਨੂੰ ਨਹੀਂ ਪਤਾ, ਹਾਲੇ ਤਾਂ ਕੁਛ ਵੀ ਨਹੀਂ ਹੈ, ਇਹ ਸਭ ਕਿਆਸ ਰਾਈਆਂ ਨੇ, ਜਦੋਂ ਕੋਈ ਵੀ ਡਿਸੀਜਨ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਜੇਕਰ ਪਾਰਟੀ ਮੌਕਾ ਦਿੰਦੀ ਹੈ ਆਪਣੇ ਦੋਸਤ ਦੇ ਸਾਹਮਣੇ ਖੜਨਾ, ਜਿਸ ਤਰ੍ਹਾਂ ਸੀ ਕਿ ਦੋਸਤ ਤਾਂ ਦੋਸਤ ਹੀ ਰਹੇਗਾ। ਹਾਂਜੀ ਬਿਲਕੁਲ ਬਿਲਕੁਲ, ਪੂਰੀ ਆਈਡੀਓਲੋਜੀ ਦੀ ਲੜਾਈ ਹੈ, ਲੜਾਈ ਲੜਾਂਗੇ ਔਰ ਸਾਡਾ ਸਾਰਾ ਵਰਕਰ ਪੱਬਾ ਭਾਰ ਹੋ ਕੇ ਲੜੇਗਾ। ਸਰ ਲਗਾਤਾਰ ਜਿਹੜੇ ਇੱਕ ਪਾਸੇ ਈਡੀ ਦੀਆਂ ਰੇਟਾਂ ਚੱਲ ਰਹੀਆਂ ਹੈਗੀਆਂ ਨੇ, ਚੰਡੀਗੜ੍ਹ 'ਚ ਵੀ ਈਡੀ ਦੀ ਜਿਹੜੀ ਹੈ, ਸਰ ਲੱਗਦਾ ਕਿਤੇ ਨਾ ਕਿਤੇ ਜਿਹੜੀ ਹੈ ਬੜਾ ਮੰਦਭਾਗਾ ਆ। ਅਗਰ ਰਾਜਨੀਤੀ ਦੇ ਵਿੱਚ ਏਜੰਸੀਆਂ ਦਾ ਯੂਜ਼ ਜਾਂ ਮਿਸਯੂਜ਼ ਹੁੰਦਾ ਆ ਤਾਂ ਉਹ ਡੈਮੋਕ੍ਰੇਸੀ ਵਾਸਤੇ ਹੈਲਦੀ ਨਹੀਂ ਹੈ, ਆਉਣ ਵਾਲੇ ਟਾਈਮ ਲਈ ਬਹੁਤ ਮਾੜਾ ਆ।